ਤੁਸੀਂ ਵੀ ਖਾਣ ਚਾਹੁੰਦੇ 60 ਰੁਪਏ ਚ ਫਾਰਮ ਹਾਊਸ ਪੀਜ਼ਾ ਤੇ 50 ਰੁਪਏ ਚ ਵਾਈਟ ਸੌਸ ਪਾਸਤਾ ਤੇ ਚੱਲੋ ਮੇਰੇ ਨਾਲ ਲਾਇਰਾ ਪੀਜ਼ਾ ਪਾਰਲਰ ਤੇ। ਹਾਂਜੀ ਇਹ ਅਸੀਂ ਤੁਹਾਨੂੰ ਆਪਣਾ ਹੁਣ ਪੀਜ਼ਾ ਲਗਾ ਕੇ ਦਿਖਾਉਂਦੇ ਆ। ਪੀਜ਼ਾ ਬਣਨ ਜਾ ਰਿਹਾ। ਹਾਂਜੀ ਹਾਂਜੀ ਜੀ ਫਾਰਮ ਹਾਊਸ ਪੀਜ਼ਾ ਜੀ। ਲੱਗੇ ਜੀ ਪੀਜ਼ਾ ਪਾਸਤਾ ਸੌਸ ਵੀ ਤੇ ਇਹ ਆ ਗਏ ਜੀ ਸਾਡੇ ਕੈਪਸਿਕਮ। ਹਾਂਜੀ। ਕਾਰ ਫ੍ਰੀ ਬੈਂਡ ਨਾਲੋਂ ਚੰਗਾ ਵੈ ਕਿ ਅਸੀਂ ਕੁਝ ਮਿਹਨਤ ਕਰੀਏ ਆਪਣੇ ਬੱਚਿਆਂ ਦਾ ਕੁਝ ਸੋਚੀਏ। ਅਸੀਂ ਕੁਝ ਮਿਹਨਤ ਕਰਾਂਗੇ ਤਾਂ ਆਪਣੇ ਬੱਚਿਆਂ ਵਾਸਤੇ ਕੁਝ ਸੋਚ ਸਕਾਂਗੇ। ਇਹ ਅੱਗੇ ਆ ਗਏ ਜੀ ਟੋਮੈਟੋ ਸਾਡੇ ਸਵੀਟ ਕੋਰਨ ਆ ਗਿਆ ਜੀ। ਸਾਡੀ ਸਬਜ਼ੀਆਂ ਰੋਜ਼ ਫਰੈਸ਼ ਹੁੰਦੀਆਂ ਵੈ, ਰੋਜ਼ ਸਾਡਾ ਸਾਰਾ ਸਮਾਨ ਫਰੈਸ਼ ਆਉਂਦਾ ਵੈ। ਹਾਂਜੀ ਉੱਪਰ ਆਏਗੀ ਜੋ ਮੂਲ ਦੀ ਚੀਜ਼ ਜਿਹੜੀ ਕੁਆਲਿਟੀ ਅਸੀਂ ਵਰਤਦੇ ਆ, ਵੱਡੀ ਵੱਡੀ ਕੰਪਨੀਆਂ ਵਾਲੇ ਵੀ ਇਹੀ ਕੁਆਲਿਟੀ ਵਰਤਦੇ ਨੇ। ਹਾਂਜੀ ਉੱਪਰ ਆ ਗਈ ਜੀ ਲਿਕਵਿਡ ਚੀਜ਼, ਅਸੀਂ ਪੂਰੀ ਬ੍ਰਾਂਡ ਦੀ ਚੀਜ਼ ਵਰਤੀ ਦੀ ਹੈ, ਕੋਈ ਹਲਕਾ ਸਮਾਨ ਨਹੀਂ ਵਰਤੀ ਦਾ। ਇਹ ਹਲਕਾ ਸਮਾਨ ਵਰਤਣਾ ਹੁੰਦਾ ਤਾਂ ਅਸੀਂ ਕੰਮ ਦੀ ਸ਼ੁਰੂਆਤ ਹੀ ਨਹੀਂ ਸੀ ਕਰਨੀ। ਉੱਪਰ ਆ ਗਈ ਜੀ ਔਰਗੈਨੋ ਚਿੱਲੀ ਫਲਿਕਸ ਆਏਗੀ। ਹਾਂਜੀ ਇਹ ਹੁਣ ਚੱਲਿਆ ਜੀ ਓਵਨ ਵਿੱਚ ਬੇਕ ਹੋਣ ਵਾਸਤੇ। ਸਿਰਫ ਫਾਰਮ ਹਾਊਸ ਪੀਜ਼ਾ ਨਹੀਂ ਹੈਗਾ, ਪੀਜ਼ੇ ਵਿੱਚ ਵੀ 5-6 ਵਰਾਇਟੀਆਂ ਹੈਗੀਆਂ। ਪਨੀਰ ਮੱਖਣੀ ਆ ਜਾਏਗੀ, ਸਵੀਟ ਕੋਰਨ ਆਨੀਅਨ ਆ ਜਾਏਗਾ, ਕੈਪਸੀਕਮ ਆ ਜਾਏਗੀ, ਟੋਮੈਟੋ ਕੈਪਸੀਕਮ ਆ ਜਾਏਗੀ, ਗੋਲਡ ਕੋਰਨ ਪੀਜ਼ਾ ਆ ਜਾਏਗਾ ਜੀ। 100 ਰੁਪਿਆ ਰੱਖਿਆ ਜੇ ਤੇ ਸਮੋਲ ਦਾ 60 ਰੁਪਏ ਜੇ। ਅਸੀਂ ਲਗਾ ਰੱਖੇ ਆ ਨਾਇਰਾ ਪੀਜ਼ਾ ਪਾਰਲਰ ਦਾ ਸਪੈਸ਼ਲ ਪਾਸਤਾ ਵਾਈਟ ਸੌਸ ਪਾਸਤਾ। ਉਹ ਆ ਗਈ ਕੈਪਸੀਕਮ ਆ ਗਈ, ਆਨੀਅਨ ਆ ਗਿਆ ਜੇ, ਸਵੀਟ ਕੋਰਨ ਆ ਗਏ ਜੇ। ਪਾਸਤੇ ਵਿੱਚ ਸਾਡੇ ਕੋਲ 3 ਤਰ੍ਹਾਂ ਦੀ ਵਰਾਇਟੀ ਆਏਗੀ, ਰੈੱਡ ਸੌਸ ਪਾਸਤਾ, ਵਾਈਟ ਸੌਸ ਪਾਸਤਾ ਤੇ ਤੰਦੂਰੀ ਪਾਸਤਾ। ਹੁਣ ਅਸੀਂ ਕਰੀਮ ਪਾ ਲਗੇ ਆ ਮੂਲ ਦੀ ਕਰੀਮ ਜਿਹੜੀ ਆ ਗਈ ਜੀ ਵਿੱਚ ਲਿਕਵਿਡ ਚੀਜ਼। ਸਾਡੀ ਹੁਣ ਆ ਗਈ ਜੀ ਔਰਗੈਨੋ, ਥੋੜੀ ਜਿਹੀ ਟੇਸਟ ਵਾਸਤੇ ਚਿਲੀ ਫਲਿਕਸ। ਹਾਂਜੀ ਪਾਸਤਾ ਸਾਡਾ ਹੈਗਾ ਜੀ ਸੂਜੀ ਦਾ, ਲੋਕ ਭਾਵੇਂ ਜੋ ਮਰਜ਼ੀ ਵਰਤੀ ਜਾਣ ਪਰ ਅਸੀਂ ਸੂਜੀ ਦਾ ਪਾਸਤਾ ਵਰਤਦੇ ਜੀ। ਸਾਡੀ ਫਿਰ ਆ ਗਈ ਜੀ ਮੂਲ ਕਰੀਮ, ਅਸੀਂ ਕਰੀਮੀ ਪਾਸਤਾ ਬਣਾ ਕੇ ਦੇਣਾ ਨਾ ਕਿ ਅਸੀਂ ਸ਼ੋ ਨਹੀਂ ਕਰਨੀ ਕਿ ਅਸੀਂ ਥੋੜੀ ਜਿਹੀ ਕਰੀਮ ਪਾ ਕੇ ਕੀ ਪਾਸਤਾ ਬਣਾਤਾ ਹੈ। ਇਹ ਆ ਗਿਆ ਜੀ ਸਾਡਾ ਪਾਸਤਾ, ਤੁਸੀਂ ਪਾਸਤੇ ਦੀ ਕੁਆਂਟਿਟੀ ਚੈੱਕ ਕਰਨੀ ਹੈ ਕਿ ਕਿੰਨੀ ਅਸੀਂ ਲੋਕਾਂ ਨੂੰ ਅਸੀਂ ਚੀਜ਼ ਖਵਾਉਣੀ ਹੈ ਕਿ ਨਾ ਕਿ ਅਸੀਂ ਲੋਕਾਂ ਨੂੰ ਖਾਣਾ ਹੈ। 60 ਰੁਪਏ ਦਾ ਸਾਡਾ ਫਾਰਮ ਹਾਊਸ ਪੀਜ਼ਾ ਜੇ, 50 ਰੁਪਏ ਦੀ ਸਾਡੀ ਪਾਸਤੇ ਦੀ ਪਲੇਟ ਹੈ, ਫੁੱਲ ਪਲੇਟ ਹੈ। ਦੋਸਤੋ ਸਭ ਤੋਂ ਪਹਿਲਾਂ ਤਾਂ ਪੀਜ਼ੇ ਦੀ ਲੁੱਕ ਚੈੱਕ ਕਰੋ, ਕਿੰਨਾ ਅਮੇਜ਼ਿੰਗ ਲੱਗ ਰਿਹਾ ਤੇ ਚੀਜ਼ ਦੇ ਲੇਅਰ ਵੀ ਬਹੁਤ ਹੀ ਅਮੇਜ਼ਿੰਗ ਲੱਗ ਰਹੀ ਹੈ। ਤੇ ਜੇ ਗੱਲ ਕਰੀਏ ਪੀਜ਼ੇ ਦੇ ਟੇਸਟ ਦੀ ਤੇ ਪੀਜ਼ੇ ਦਾ ਟੇਸਟ ਤਾਂ ਧਮਾਕੇਦਾਰ ਹੈ। ਤੇ ਦੂਜੀ ਗੱਲ ਜੇ ਕਰੀਏ ਪਾਸਤੇ ਦੀ ਤੇ ਫੁੱਲ ਓਵਰਲੋਡਡ ਕਰੀਮੀ ਪਾਸਤਾ ਹੈ ਤੇ ਟੇਸਟ ਵਿੱਚ ਵੀ ਇਹ ਬੜਾ ਹੀ ਸਵਾਦ ਹੈ। ਆਈ ਵਿਲ ਰੈਕਮੈਂਡ ਯੂ ਤੁਸੀਂ ਇੱਕ ਵਾਰੀ ਇੱਥੇ ਆ ਕੇ ਇਸ ਨੂੰ ਟਰਾਈ ਜ਼ਰੂਰ ਕਰੋ। ਜਿਹਦੀ ਕੁਆਲਿਟੀ ਹੈ ਟੌਪ ਕਲਾਸ ਹੈ, ਮੇਰੀ ਸ਼ੋਰਟੀ ਹੋ ਗਈ ਤੇ ਇਹ ਖਾਣ ਲਈ ਸਾਨੂੰ ਆਉਣਾ ਕਿੱਥੇ ਪਏ? ਇਹ ਖਾਣ ਲਈ ਤੁਹਾਨੂੰ ਲੋਰੀ ਗੇਟ, ਬੋਰੀਆਂ ਦਾ ਬਾਜ਼ਾਰ, ਨੀਅਰ ਚਮਨ ਮੰਦਿਰ। ਤੋ ਗਾਇਸ ਅਗਰ ਆਪਕੋ ਕਿਸੀ ਵੀ ਪ੍ਰਕਾਰ ਕਾ ਲੇਟੈਸਟ ਬ੍ਰਾਈਡਲ ਲਹਿੰਗਾਸ, ਕੈਜੂਅਲ ਲਹਿੰਗਾਸ, ਚੂੜਾ, ਕਲੀਰਾ, ਸ਼ੇਰਵਾਨੀਸ ਔਰ ਕੋਟ ਪੈਂਟ ਚਾਹੀਏ ਹੋ ਤੋ ਪਰ ਅੰਮ੍ਰਿਤਸਰ ਮੇ ਰੋਹਿਤ ਲਹਿੰਗਾ ਹਾਊਸ ਜ਼ਰੂਰ ਆਏ ਔਰ ਹਮਾਰਾ ਐਡਰੈਸ ਹੈ ਰੋਹਿਤ ਲਹਿੰਗਾ ਹਾਊਸ, ਕਟਰਾ ਦਲ ਸਿੰਘ, ਨੀਅਰ ਗੋਲਡਨ ਟੈਂਪਲ।